ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਵਾਲੇਕੁਮ ਦੋਸਤੋ, ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਪਲਾਂਟਰ 3 ਖੇੜਾਂ ਵਾਲਾ, ਅਤੇ ਦਿਖਾਉਂਦੇ ਤੁਹਾਨੂੰ ਹੁਣ, ਕਿਉਂਕਿ ਥਰੈਸ਼ਰਾਂ ਦਾ ਸੀਜ਼ਨ ਹੋ ਗਿਆ ਵਾ, ਹੁਣ ਪਲਾਂਟਰ ਦਾ ਸੀਜ਼ਨ ਇਹੀ ਸੀਜ਼ਨ ਵਾਸਤੇ, ਤੁਹਾਨੂੰ ਪਤਾ ਖੇੜਾਂ ਖੂੜਾਂ ਕੱਢਣ ਵਾਸਤੇ, ਅਤੇ ਉਹ ਤੁਹਾਨੂੰ ਵਿਜ਼ਿਟ ਕਰਾਉਣੇ ਦਾ। ਪਰ ਦੇਖੋ, ਥਾਪ ਦੇਖੋ, ਬੜੇ ਅੱਛੇ ਤਰੀਕੇ ਨਾਲ ਬਣੀ ਹੋਈ ਆ, ਬਿਹਤਰੀਨ ਪਰ ਵਾ। ਇਹ ਮੇਨ ਚੀਜ਼ਾਂ ਦੀਆਂ ਜੈਨੂਅਨ ਰੰਗ 2019 ਮਾਡਲ ਆ, ਕੋਈ ਇਹਦਾ ਰੰਗ ਰੂੰਗ ਨਹੀਂ ਕਰਾਇਆ, ਮਸਾਲਾ ਜੋ ਵੀ ਆ। ਇੱਕ ਪਰ ਦਿਖਾਤਾ ਤੁਹਾਨੂੰ, ਇਹਦੀ ਬੈਕ ਸਾਈਡ ਦਿਖਾਵਾਂ ਪਰ ਦੀ, ਕਿਉਂਕਿ ਵਿੱਚ ਗਲੇ ਗੁਲੇ ਵੀ ਹੁੰਦੇ ਆ। ਪਿਛਲੀ ਸਾਈਡ ਸਾਫ਼ ਸੁਥਰਾ ਬਣਿਆ ਹੋਇਆ, ਬੇਦਾਗ ਸਾਫ਼ ਸੁਥਰਾ ਬਣਿਆ ਹੋਇਆ। ਇਹ ਦੂਸਰਾ ਇਹਦਾ ਪਰ ਵਾ, ਇਹਦਾ ਤੀਸਰਾ ਪਰ ਵਾ, ਬਿਹਤਰੀਨ ਬਣਿਆ, ਸਾਫ਼ ਸੁਥਰਾ ਬਣਿਆ, ਜੈਨੂਅਨ ਰੰਗ ਆ, ਨਾ ਕੋਈ ਇਹਨੂੰ ਰੰਗ ਰੁੰਗ ਕਰਾਇਆ ਵਾ, ਕਿਉਂਕਿ ਮੇਨ ਚੀਜ਼ ਇਹਦੀ, ਮੇਨ ਚੀਜ਼ ਇਹਦੀ ਕੋਈ ਵੀ ਤੁਸੀਂ ਪਰ ਦੇਖੋ, ਇਹਦੀ ਆ ਠਾਪ ਹੁੰਦੀ ਆ, ਇਹ ਇਹਨਾਂ ਸਹੀ ਲੱਗਣ ਖੇੜਾਂ 'ਤੇ ਫਿਰ ਹੁੰਦਾ ਕੰਮ, ਨਹੀਂ ਤਾਂ ਨਹੀਂ ਹੁੰਦਾ। ਇਹਦਾ ਰੁੱਖ ਰਖਾਅ ਵੀ ਸਹੀ ਹੋਣਾ ਚਾਹੀਦਾ, ਲਾਜ਼ਮੀ ਨਹੀਂ ਕਿ ਸਿਰਫ ਪਲਾਂਟਰ ਹੀ ਹੋਣਾ ਚਾਹੀਦਾ, ਪਲਾਂਟਰ ਦਾ ਜਿੰਨੀ ਕੁ ਰੁੱਖ ਰਖਾਅ ਚੰਗਾ ਨਾ ਹੋਵੇ ਤਾਂ ਪਲਾਂਟਰ ਵੀ ਕਿਸੇ ਕੰਮ ਦਾ ਨਹੀਂ। ਲਓ ਜੀ, ਇਹਦੀ ਬੈਕ ਸਾਈਡ, ਬਿਹਤਰੀਨ ਬਣਿਆ ਹੋਇਆ, ਇਹਦੇ ਵੀ ਤੁਹਾਨੂੰ ਅੰਦਰ ਦਿਖਾ ਦਵਾਂ, ਕੋਈ ਮਸਲਾ ਮਸਾਇਲ ਕੋਈ ਫਾਲਟ ਨਹੀਂ ਹੈ। ਸਰ ਕੈਮਰਾਮੈਨ ਦਿਖਾਉਂਦੇ ਵੀ ਨਹੀਂ ਹੈਗੇ, ਚੀਜ਼ਾਂ ਟੁੱਚ ਮੱਚ ਲੱਗੇ ਹੁੰਦੇ ਨੇ, ਉੱਤੋਂ ਉੱਤੋਂ ਦਿਖਾ ਕੇ ਗੱਲ ਕੋਈ ਹੁੰਦੀ ਅਤੇ ਉੱਤੋਂ ਉਹਨਾਂ ਨਾਲ ਗਾਈਡ ਕੁਛ ਕਰਦੇ, ਇਹ ਵੀ ਗੱਲ ਗਲਤ ਆ। ਗਾਈਡੀ ਤੋਂ ਬੰਦੇ ਨੇ ਤੁਹਾਡੇ ਕੋਲ ਚੀਜ਼ ਲੈਣ ਹੋਣੀ ਅਤੇ ਤੁਸੀਂ ਚੀਜ਼ ਹੀ ਉਸ ਤਰੀਕੇ ਦੀ ਨਹੀਂ ਰੱਖੀ, ਤਾਂ ਫਿਰ ਮਾੜੀ ਗੱਲ ਆ। ਲਓ ਜੀ, ਅਸੀਂ ਸਿਰਫ ਵੀਡੀਓ ਬਣਾਉਂਦੇ ਹਾਂ, ਅਸੀਂ ਵਾਚ ਟਾਈਮ ਕੋਈ ਵੀ ਇਸ ਚੱਕਰ ਦੇ ਵਿੱਚ ਨਹੀਂ ਹੁੰਦੇ। ਅਗਰ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੇ, ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਲਾਈਕ ਕਰੋ। ਵਜ੍ਹਾ ਉਹਦੀ ਇਹ ਹੁੰਦੀ ਹੈ, ਕਈ ਬੰਦੇ 10-10 ਮਿੰਟ ਦੀ ਵੀਡੀਓ ਬਣਾਉਣ ਦੀ ਖਾਤਰ, ਵਿਊ ਪਾਉਣ ਦੀ ਖਾਤਰ, ਅਤੇ ਐਵੇਂ ਵੀਡੀਓ ਨੂੰ ਲੰਮੀ ਕਰੀ ਜਾਂਦੀ ਹੈ, ਆਪਣਾ ਨਹੀਂ ਉਹ ਚੁੱਕਦਾ ਹੈਗਾ। ਆਪਣਾ ਖਿਆਲ ਰੱਖੇ, ਆਪਣੇ ਪੇਰੈਂਟ ਦਾ ਖਿਆਲ ਰੱਖੇ। ਓਕੇ, ਅੱਲਾ ਹਾਫਿਜ਼।